ਤੋੜ ਕੇ ਤਾਂ ਤੈਨੂੰ ਭਰਾਵਾਂ ਇੱਥੇ ਚੰਗਾ ਤੇ ਫੇਰ 15 ਤੇ ਕਾਲ ਕਰਾਂ ਜਾ ਮੇਰਾ ਛੋਟਾ ਜਿਹਾ ਘਰ ਜਾ ਮੇਰਾ ਮੋਬਾਈਲ ਲੈ ਕੇ ਆ 15 ਤੇ ਕਾਲ ਕਰਦੇ ਆ ਤੇਰਾ ਮੈਂ ਤੇਰਾ ਸੂਤਰਾ ਲਵਾਉਣਾ ਅੱਜ ਮੈਂ ਨਹੀਂ ਨਹੀਂ ਇਹਨੂੰ ਮੈਂ ਇਹਨੂੰ ਠੰਡਾ ਕਰਦਾ ਅੱਜ ਯਾਰ ਅਜੀਬ ਨਹੀਂ ਤੂੰ ਝੂਠ ਤੂੰ ਕਿਉਂ ਤੂੰ ਰਾਣੇ ਕਾਮਰਾਨ ਨੂੰ ਕਿਉਂ ਬਦਨਾਮ ਕਰਨ ਆ ਮੈਂ ਆਪਣੀ ਮਾਂ ਦੇ ਨੇ ਦੱਸੇ ਲੈ ਕੇ ਆ ਕੈਮਰਾ ਦਾ ਮੂੰਹ ਤੇ ਮਾਂ ਨਾਲ ਮੈਂ ਦੱਸਦਾ ਬੜਾ ਸੋਹਣਾ ਆ ਬੰਦਾ ਸ਼ਕਲੋਂ ਕੀ ਲੱਗਣ ਦਿਆ ਹੁਣ ਦੱਸੋ ਇੱਧਰ ਲੈ ਗਿਆ ਮੇਰੇ ਕੈਮਰਾ ਦਾ ਔਨ ਦਾ ਰਿਕਾਰਡ ਗੱਲ ਕਰਨ ਆ ਬੰਦਾ ਸ਼ਕਲੋਂ ਚਰਸੀ ਲੱਗਣ ਦਿਆ ਤੇ ਮੈਨੂੰ ਅੱਗੇ ਕਹਿੰਦਾ ਤੂੰ ਰਾਣੇ ਕਾਮਰਾਨ ਨੂੰ ਜਾਣਦਾ ਮੈਨੂੰ ਕਹਿੰਦਾ ਤੂੰ ਰਾਣੇ ਕਾਮਰਾਨ ਨੂੰ ਜਾਣਦਾ ਮੈਨੂੰ ਉਹਨੇ ਭੇਜਿਆ ਉਹਦੀ ਬੇੜੀ ਤਬੀਅਤ ਖਰਾਬ ਆ ਤੇ ਮੈਂ ਲੈ ਜਾਣਾ ਰਾਣਾ ਕਾਮਰਾਨ ਮੇਰੇ ਕੋ ਆਪ ਨਹੀਂ ਆ ਸਕਦਾ ਸਾਨੂੰ ਹਰ ਸਾਲ ਪਤਾ ਕਿ ਇੱਥੇ ਲੱਗਦਾ ਮਖੀਲ ਲੱਗਦਾ ਜੀ ਉਹ ਸਾਡੀ ਵੇਲ ਆ ਉੱਥੇ ਹਰ ਸਾਲ ਮਖੀਲ ਲੱਗਦਾ ਅਸੀਂ ਆਪ ਚਾਹੀਦਾ ਭਰਾਵਾ ਉੱਠ ਕੇ ਖਲੋ ਤੈਨੂੰ ਦੱਸਦਾ ਤੈਨੂੰ ਲਿੱਤਰੋ ਲਿੱਤਰੀ ਹੋ ਜਾਣਾ ਇੱਥੇ ਤੈਨੂੰ ਮੈਂ ਦੱਸਾਂ ਦੋਵਾਂ ਮਿੰਟਾਂ ਤੱਕ ਅਸੀਂ ਕਰਾਂ ਕਿ ਚੋਇਆ ਫਿਰ ਅਸੀਂ ਔਰ ਲੈ ਕੇ ਅਗਲਾ ਤੂੰ ਗੱਲ ਮੇਰਾ ਝੂਠ ਕਿਉਂ ਬੋਲਿਆ ਆ ਕੇ ਯਾਰ ਹੁਣ ਰਾਣੇ ਕਾਮਰਾਨ ਤੂੰ ਮੇਨਾ ਝੂਠ ਕਿਉਂ ਬੋਲਿਆ ਮੈਨੂੰ ਇਹ ਦੱਸ ਮੈਨੂੰ ਝੂਠ ਜਿਹੜਾ ਬੰਦਾ ਬੋਲਦਾ ਨਾ ਮੈਂ ਆਪ ਵੀ ਬੋਲਿਆ ਮੈਂ ਦਿਲ ਤੇ ਕਰ ਰਹਾ ਤੇਰੇ ਮੈਂ ਤੋੜ ਕੇ ਤਾਂ ਤੈਨੂੰ ਭਰਾਵਾਂ ਇੱਥੇ ਚੰਗਾ ਤੇ ਫੇਰ 15 ਤੇ ਕਾਲ ਕਰਾਂ ਜਾ ਮੇਰਾ ਛੋਟਾ ਜਿਹਾ ਘਰ ਜਾ ਮੇਰਾ ਮੋਬਾਈਲ ਲੈ ਕੇ ਆ 15 ਤੇ ਕਾਲ ਕਰਦੇ ਆ ਤੇਰਾ ਮੈਂ ਤੇਰਾ ਸੂਤਰਾ ਲਵਾਉਣਾ ਅੱਜ ਮੈਂ ਨਹੀਂ ਨਹੀਂ ਇਹਨੂੰ ਮੈਂ ਇਹਨੂੰ ਠੰਡਾ ਕਰਦਾ ਅੱਜ ਮੈਂ ਯਾਰ ਅਜੀਬ ਨਹੀਂ ਤੂੰ ਝੂਠ ਤੂੰ ਕਿਉਂ ਤੂੰ ਰਾਣਾ ਕਾਮਰਾਨ ਨੂੰ ਕਿਉਂ ਬਦਨਾਮ ਕਰਨ ਆ ਮੈਨੂੰ ਇਹ ਦੱਸ ਰਾਣਾ ਕਾਮਰਾਨ ਸਾਹਿਬ ਜੇ ਤੁਸੀਂ ਮੇਰੀ ਵੀਡੀਓ ਵੇਖ ਰਹੇ ਹੋ ਜਿੰਨੇ ਵੀ ਤੁਸੀਂ ਰਾਣਾ ਬਰਾਦਰੀ ਹੋ ਦੇਖ ਲਓ ਜੀ ਬੰਦਾ ਗੌਰ ਨਾਲ ਵੇਖ ਲਓ ਉਹ ਸਾਡੀ ਬੇਲ ਲੱਗੀ ਆ ਤੇ ਉੱਥੇ ਲੱਗਦਾ ਜੀ ਮਖੀਲ ਠੀਕ ਹੋ ਗਿਆ ਤੇ ਆ ਬੰਦਾ ਤੁਹਾਡਾ ਨਾਂ ਲੈ ਰਿਹਾ ਜੀ ਪਤਾ ਨਹੀਂ ਕਿਸ ਆ ਮੌਲਵੀ ਸਾਹਿਬ ਆ ਮੌਲਵੀ ਸਾਹਿਬ ਦੱਸਿਆ ਬੰਦਾ ਝੂਠ ਬੋਲ ਰਿਹਾ ਕਿ ਨਹੀਂ ਤੁਸੀਂ ਇਹਦੇ ਨਾਲ ਝੂਠ ਬੋਲ ਰਿਹਾ ਆ ਗੱਲ ਸੁਣ ਲਓ ਜੀ ਆ ਬੰਦਾ ਕਹਿੰਦੇ ਆ ਬੰਦਾ ਝੂਠ ਬੋਲਣ ਦੇ ਆ ਕਹਿੰਦਾ ਜੀ ਮੇਰੀ ਬੀੜੀ ਤਬੀਅਤ ਖਰਾਬ ਪੁੱਤ ਤੇਰੀ ਤਬੀਅਤ ਨਹੀਂ ਖਰਾਬ ਤੇਰੀ ਨੀਅਤ ਖਰਾਬ ਆ ਤੇਰੀ ਨੀਅਤ ਹੁਣ ਮੈਂ ਤੈਨੂੰ ਸੈੱਟ ਕਰਕੇ ਦਿਖਾਉਣਾ ਤੇਰੀ ਨੀਅਤ ਪਤਾ ਕੀ ਆ ਤੂੰ ਹੁਣ ਲੱਗ ਗਈ ਸਮਝ ਭਾਈ ਜੀ ਕਰਕੇ ਆਇਆ ਨਹੀਂ ਨਾ ਕਰਕੇ ਨਹੀਂ ਆਇਆ ਤੂੰ ਤੂੰ ਕਰਕੇ ਨਹੀਂ ਆਇਆ ਗੱਲ ਕੋਈ ਨਹੀਂ ਨਹੀਂ ਕਰਕੇ ਆਇਆ ਤੂੰ ਐਸੀ ਵੈਸੀ ਗੱਲ ਹੁੰਦੀ ਤੇ ਅਸੀਂ ਜੋ ਲੈਂਦੇ ਤੇ ਅਸੀਂ ਆ ਹਾਲ ਚੱਲ ਰਿਹਾ ਜੀ ਵੀਡੀਓ ਬਾਵੀ ਲੰਮੀ ਹੋ ਜਾਣੀ ਹੈ ਤੇ ਬਾਕੀ ਮੈਂ ਵੀਡੀਓ ਬਣਾਉਣੀ ਕੋਈ ਨਹੀਂ ਸੀ ਮੈਂ ਸਿਰਫ ਫੇਸ ਕਰਕੇ ਬਣਾਈ ਮੈਂ ਇਸ ਬੰਦੇ ਦੀ ਸ਼ਕਲ ਵਾਲੇ ਵੇਖ ਕੇ ਮੈਂ ਵੀ ਇੰਨੀ ਦੇਰ ਹੋ ਗਿਆ ਕੰਮ ਕਰਦਾ ਮੈਨੂੰ ਵੀ ਰੰਗ ਰੰਗ ਦੇ ਮਿਲਦਾ ਪਤਾ ਇਸ ਬੰਦੇ ਦੀ ਸ਼ਕਲ ਵੇਖ ਕੇ ਇਹਨੇ ਮੈਨੂੰ ਪਹਿਲੇ ਝੂਠ ਬੋਲਿਆ ਮੈਂ ਉਸ ਟਾਈਮ ਕੈਮਰਾ ਨਹੀਂ ਆਇਆ ਸੀ ਮੈਂ ਔਨ ਨਹੀਂ ਕੀਤਾ ਸੀ ਲੇਕਿਨ ਇਸ ਬੰਦੇ ਨੇ ਮੈਨੂੰ ਕਿਹਾ ਕਿ ਮੇਰੀ ਬੇੜੀ ਦੀ ਤਬੀਅਤ ਖਰਾਬ ਆ ਤੇ ਮੈਨੂੰ ਚਾਹੀਦਾ ਮਖੀਲ ਮਖੀਲ ਦਾ ਕੋਈ ਨਹੀਂ ਜੇ ਤੇਰੀ ਬੇੜੀ ਤਬੀਅਤ ਮੇਰੀ ਉਹਨੇ ਕਹਿੰਦੇ ਹੋ ਸਕਦਾ ਨਾ ਮੇਰੇ ਮਖੀਲ ਲੱਗੇ ਨਾ ਤੇਰੀ ਬੇੜੀ ਤਬੀਅਤ ਖਰਾਬ ਹੋ ਸੈੱਟ ਹੋ ਸਕਦੀ ਆ ਤੇ ਮੇਰੇ ਵੱਲੋਂ ਭਾਅ ਤੂੰ ਸਾਰਾ ਲਾਕ ਲੈ ਜਾਂਦਾ ਲੇਕਿਨ ਤੇਰੀ ਸ਼ਕਲ ਤੋਂ ਲੱਗਦਾ ਤੇਰੀ ਤਬੀਅਤ ਨਹੀਂ ਤੇਰੀ ਨੀਅਤ ਖਰਾਬ ਆ ਤੇ ਹੁਣ ਤੇਰੀ ਨੀਅਤ ਬੜੀ ਸੋਹਣੀ ਸੈੱਟ ਹੋਏਗੀ ਜਦੋਂ ਵੀਡੀਓ ਗਈ ਨਾ ਉੱਤੇ ਸਾਈਆਂ ਨੇ ਵੇਖੀ ਤੇ ਸਾਈਂ ਤੇ ਨੱਪ ਲੈਣਗੇ ਆਪਣੀ ਟੈਨਸ਼ਨ ਨਾ ਲੈ ਤੇ ਬਾਕੀ ਯਾਰ ਪੁਲਿਸ ਵਾਲਿਆਂ ਵਾਸਤੇ ਵੀ ਰਿਕੁਐਸਟ ਆ ਕਿ ਇਦਾਂ ਦੇ ਬੰਦੇ ਨੱਪੋ ਕਿਉਂ ਨੱਪਦੇ ਯਾਰ ਕਿਉਂ ਆ ਕੇ ਲੋਕਾਂ ਦੇ ਦਰਵਾਜ਼ੇ ਖੜਕਾ ਕੇ ਡਿਸਟਰਬ ਕਰਦੇ ਬੇਲ ਸਾਡੀ ਆ ਸਾਡੀ ਜਗ੍ਹਾ ਹੈ ਕੌਣ ਬੰਦਾ ਹੁੰਦਾ ਆ ਗੱਲ ਕਰਨ ਵਾਲਾ ਮੈਨੂੰ ਇਹ ਪਹਿਲਾਂ ਦੱਸੋ ਮੌਲਵੀ ਸਾਹਿਬ ਦੱਸੋ ਇਹਨੂੰ ਆ ਬੰਦਾ ਸੱਚ ਬੋਲਣ ਦਿਆ ਮੈਨੂੰ ਨਹੀਂ ਪਤਾ ਇਸ ਬੰਦਾ ਇਸ ਇਹਦੀ ਲਾਈਨ ਦਾ ਹੈ ਜਾਂ ਨਹੀਂ ਹੈ ਬੰਦਾ ਲੇਕਿਨ ਆ ਬੰਦਾ ਝੂਠ ਬੋਲਣ ਦਿਆ ਤੇ ਮੇਰੀ ਇੱਕ ਗੱਲ ਹੋਰ ਸੁਣ ਲੈ ਮੈਂ ਤੈਨੂੰ ਪਿਆਰ ਨਾਲ ਸਮਝਾਉਂਦਾ ਤੂੰ ਮੈਨੂੰ ਨਹੀਂ ਜਾਣਦਾ ਮੈਨੂੰ ਲੱਗਦਾ ਲੇਕਿਨ ਆ ਬੱਚੇ ਨੇ ਮੁੰਡੇ ਸਾਰੇ ਜਿੰਨੇ ਆ ਨਾ ਮੇਰੇ ਮੇਰੇ ਜਾਣਦੇ ਆ ਠੀਕ ਹੋ ਗਿਆ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤੂੰ ਅੱਜ ਦਰਵਾਜ਼ਾ ਖੜਕਾ ਲਿਆ ਗਾਂ ਤੋਂ ਤੂੰ ਬੇਲ ਤੇ ਦੂਰ ਦੀ ਗੱਲ ਆ ਤੂੰ ਬਾਜ਼ਾਰ ਵੀ ਨਜ਼ਰ ਆਇਆ ਨਾ ਤੇ ਮੈਂ ਉਹ ਹਾਲ ਕਰਾਂਗਾ ਤੂੰ ਯਾਦ ਰੱਖੇਗਾ ਤੇ ਤੂੰ ਮੈਨੂੰ ਨਹੀਂ ਜਾਣਦਾ ਮੈਂ ਦੱਸੀ ਜਾਣਦੇ ਆ ਤੇ ਤੂੰ ਹੁਣ ਨਾ ਚੁੱਪ ਕਰਕੇ ਆਪਣੀ ਸ਼ਰਾਫਤ ਆ ਤੇਰੀ ਟੁੱਟ ਜਾ ਨਹੀਂ ਤੇ ਫਿਰ ਤੈਨੂੰ ਮੈਂ ਦੱਸਾਂਗਾ ਮੈਂ ਤੇਰਾ ਕੀ ਕਰਾਂਗਾ ਤੂੰ ਮੈਨੂੰ ਨਹੀਂ ਜਾਣਦਾ ਨਾ ਤੈਨੂੰ ਮੈਂ ਦੱਸਣ ਦਿਆਂ ਤੂੰ ਮੈਨੂੰ ਨਹੀਂ ਜਾਣਦਾ ਤੂੰ ਉੱਠ ਕੇ ਆਪੀ ਟੁੱਟ ਜਾ ਮੈਂ ਬਾਕੀ ਯਾਰ ਆ ਤੁਸੀਂ ਚੈੱਕ ਕਰੋ ਇਹਨਾਂ ਦੇ ਅੱਜ ਕੱਲ ਹਾਲਾਤ ਇਦਾਂ ਹੀ ਚੱਲਣ ਦੇ ਆ ਤੇ ਗਰਮੀ ਆ ਤੁਹਾਨੂੰ ਪਤਾ ਇਹਨਾਂ ਨੂੰ ਮਾਲੂ ਦੀ ਲੋੜ ਇੱਥੇ ਨਾਲੀਆਂ ਨੂਲੀਆਂ ਵੀ ਸਾਫ਼ ਅੱਗੇ ਕਰਦਾ ਉਹ ਫੀਕਰ ਮੈਂ ਬੜੇ ਚੰਗੇ ਤਰੀਕੇ ਨਾਲ ਜਾਣਦਾ ਫੀਕਾ ਇਦਾਂ ਬੰਦਾ ਨਹੀਂ ਉਹਨੇ ਕੋਈ ਕੰਮ ਕਰਨਾ ਇਹ ਇਹਨੂੰ ਨਹੀਂ ਮੈਂ ਜਾਣਦਾ ਇਹ ਤਾਂ ਮੈਂ ਵੇਖੇ ਵੀ ਮੇਰਾ ਦਿਲ ਕਰਦਾ ਇਹਨੂੰ ਤੇ ਇੱਕ ਦਫਾ ਮੈਂ ਖੜਕਾਵਾਂ ਨਾ ਫੜ ਕੇ ਇੱਥੇ ਤੇ ਤੂੰ ਮੇਰਾ ਵੀਰ ਨਾ ਉੱਠ ਕੇ ਸ਼ੂਟਰ ਆਉਣ ਵਾਲੀ ਗੱਲ ਕਰ ਇੱਥੇ ਪਹਿਲੇ ਕਿ ਮੈਂ ਤੇਰਾ ਹਾਂ ਮੈਂ ਤੇਰਾ ਇਸ ਤੋਂ ਪਹਿਲਾਂ ਕੋਈ ਹੋਰ ਗੱਲ ਕਰਾਂ ਗਲਤੀ ਦੀ ਮੈਂ ਮੰਗਦਾ ਇਹ ਬੰਦੇ ਨੇ ਮੇਰੇ ਨਾਲ ਕਿਉਂ ਝੂਠ ਬੋਲਿਆ ਆ ਗਏ ਤੇ ਨਾ ਇਦਾਂ ਕਿਸੇ ਨੂੰ ਬਦਨਾਮ ਨਹੀਂ ਕਰੀਦਾ ਹੁੰਦਾ ਬੇਸ਼ੱਕ ਰਾਣਾ ਕਾਮਰਾਨ ਆ ਬੇਸ਼ੱਕ ਕੋਈ ਸੀਮਾ ਮੈਂ ਨਹੀਂ ਜਾਣਦਾ ਕਿਸੇ ਨੂੰ ਅਸੀਂ ਆਪਣੀ ਜਗ੍ਹਾ ਤੇ ਆ ਮਾਲਾਂਗਾ ਠੀਕ ਹੋ ਗਿਆ ਨਾ ਕਿਸੇ ਦੇ ਘਰੋਂ ਲਾ ਕੇ ਤੇ ਫਿਰ ਤੂੰ ਕਿਉਂ ਕੋਈ ਗੱਲ ਝੂਠ ਬੋਲੀ ਕੇ ਰਾਣਾ ਰਾਣਾ ਸਾਹਿਬ ਜੇ ਤੁਸੀਂ ਮੇਰੀ ਵੀਡੀਓ ਵੇਖ ਰਹੇ ਹੋ ਨਾ ਤੇ ਆ ਬੰਦਾ ਹੀ ਵੇਖ ਲਓ ਤੇ ਗਾਂ ਤੋਂ ਇਤਿਆਦ ਕਰੋ ਕਿਤੇ ਨਜ਼ਰ ਆਉਂਦਾ ਝੰਬ ਤੋਂ ਫੜ ਕੇ ਕੋਈ ਇਸ਼ੂ ਨਹੀਂ ਕੋਈ ਚੱਕਰ ਨਹੀਂ ਆ ਤੇ ਬਾਕੀ ਵੀਡੀਓ ਬਾਬਾ ਹੀ ਲੰਮੀ ਹੋ ਗਈ ਆ ਤੇ ਬਾਕੀ ਇਹਨਾਂ ਦਾ ਮੈਂ ਸੈਟਅਪ ਕਰਕੇ ਫਿਰ ਤੁਹਾਨੂੰ ਮਿਲਦਾ।